ਸਵਾਗਤ ਕਰਦਾ ਹਾਂ ਵੀਰਾਂ ਤੇ ਭੈਣਾਂ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਦੋ ਨਵੀਆਂ ਭਰਤੀਆਂ ਦਾ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜਿਹਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਨਿਕਲੀਆਂ ਨਵੀਆਂ ਭਰਤੀਆਂ ਦੇ ਬਾਰੇ ਵਿੱਚ ਤੇ ਇੱਕ ਨਾਲ ਦੀ ਨਾਲ ਤੁਹਾਨੂੰ ਦੱਸ ਦੇਣਾ ਚਾਹਨਾ ਪੰਜਾਬ ਪੁਲਿਸ ਦੇ ਬਾਰੇ ਵਿੱਚ ਬਹੁਤ ਵੱਡਾ ਅਪਡੇਟ ਜਿਹੜਾ ਜੀ ਆ ਰਿਹਾ ਹੈ ਜੋ ਕਿ ਕਾਫੀ ਟਾਈਮ ਤੋਂ ਜਿਹੜੇ ਕੈਂਡੀਡੇਟ ਸੀਗੇ ਜਾਨਣਾ ਚਾਹਦੇ ਸੀ ਪੰਜਾਬ ਪੁਲਿਸ ਦੀ ਭਰਤੀ ਤੇ ਫਾਈਨਲੀ ਉਹਦਾ ਨੋਟੀਫਿਕੇਸ਼ਨ ਦੇ ਰਿਲੇਟਿਡ ਅਪਡੇਟ ਆਇਆ ਹੈ ਵੀਡੀਓ ਨੂੰ ਔਰ ਜਰੂਰ ਦੇਖਿਓ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਹੈ ਜਿਹੜੇ ਜਿਹੜੇ ਕੈਂਡੀਡੇਟ ਪੰਜਾਬ ਪੁਲਿਸ ਦੀ ਭਰਤੀ ਦੇ ਬਾਰੇ ਵਿੱਚ ਪੁੱਛ ਰਹੇ ਸੀਗੇ ਔਰ ਬੜੇ ਉਤੇਜੀ ਸੀਗੇ ਕਿ ਕਦੋਂ ਪ੍ਰਤੀ ਆਊਟ ਹੋਏਗੀ ਸੋ ਫਾਈਨਲੀ ਉਹਦਾ ਅਪਡੇਟ ਆ ਚੁੱਕਿਆ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਨਾ ਹੈ ਪੰਜਾਬ ਦੇ ਵਿੱਚ 2280 ਪੋਸਟਾਂ ਦੇ ਰਿਲੇਟਡ ਜਿਹੜਾ ਨਵਾਂ ਅਪਡੇਟ ਆਇਆ ਹੈ ਲੇਕਿਨ ਅੱਗੇ ਵਧਣ ਤੋਂ ਪਹਿਲਾਂ ਅਗਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਦੀ ਨਾਲ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਸਰ ਪਹੁੰਚ ਸਕੇ ਤੇ ਸਮਾਂ ਰਹਿੰਦੇ ਤੁਸੀਂ ਇਹਨੂੰ ਅਪਲਾਈ ਵੀ ਕਰ ਸਕੋ ਤੇ ਨਾਲ ਦੀ ਨਾਲ ਮੈਂ ਦੱਸਣਾ ਚਾਹਨਾ ਹੈ ਜੀ ਕਿ ਤੁਸੀਂ ਹੋਰ ਵੀ ਚੈਨਲ ਸਾਡੇ ਚੈਨਲ ਦੇ ਉੱਪਰ ਜਿਹੜੇ ਨੇ ਵੀਡੀਓਜ਼ ਨੇ ਉਹ ਚੈੱਕ ਜਰੂਰ ਕਰ ਲਿਆ ਕਰੋ ਤਾਂ ਕਿ ਜੇਕਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕੋ ਜੀ ਸਭ ਤੋਂ ਪਹਿਲਾਂ ਲੈ ਚੱਲਦਾ ਜੀ ਪੀ ਟ੍ਰਿਪਲ ਐਸਬੀ ਵੱਲੋਂ ਜਿਹੜਾ 2280 ਪੋਸਟਾਂ ਦਾ ਨੋਟੀਫਿਕੇਸ਼ਨ ਆਊਟ ਕੀ ਆ ਗਿਆ ਉਹਦੇ ਰਿਲੇਟਡ ਕੀ ਅਪਡੇਟ ਆ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੇਖ ਪਾ ਰਹੇ ਹੋ ਜੀ ਉਨਾਂ ਨੇ ਜਿਹੜਾ ਹੈ ਅਖਬਾਰ ਸੌਰੀ ਮਾਫੀ ਚਾਹਾਂਗਾ ਨਿਊਜ਼ ਦੇ ਵਿੱਚ ਜਿਹੜਾ ਨਵੀਂ ਅਪਡੇਟ ਦਿੱਤੀ ਆ ਰਮਨ ਬਹਿਲ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇਹਨਾਂ ਅਸਾਮੀਆਂ ਦੀ ਭਰਤੀ ਸੰਬੰਧੀ ਕੀਤੀ ਜਾਣ ਵਾਲੀ ਸਮੁੱਚੀ ਕਾਰਵਾਈ ਨੂੰ ਅੱਜ ਅਧੀਨ ਸੇਵਾਵਾਂ ਚੋਣ ਬੋਰਡ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਹੁਣ ਜਲਦੀ ਹੀ ਇਤਿਹਾਰ ਜਾਰੀ ਕਰ ਦਿੱਤਾ ਜਾਏਗਾ ਸੋ ਉਸ ਤੋਂ ਬਾਅਦ ਨੈਕਸਟ ਇਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਚੰਡੀਗੜ੍ਹ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ 2280 ਅਸਾਮੀਆਂ ਪਰਨ ਸੰਬੰਧੀ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਪ੍ਰਕਿਰਿਆ ਰਿਕਰੂਟਮੈਂਟ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ दैट मींस ਕਿ ਇਹ ਇਹ ਨਹੀਂ ਹੈ ਕਿ ਕੱਲ ਹੋਣ ਗਿਆ ਪਰਸੋਂ ਹੋਣ ਗਿਆ ਮਤਲਬ ਤੁਸੀਂ ਐਕਸਪੈਕਟ ਕਰੋ ਕਿ ਕੱਲ ਜਾਂ ਪਰਸੋਂ ਜਾਂ ਤੁਹਾਡੇ ਆਉਣ ਵਾਲੇ ਟਾਈਮ ਦੇ ਅਖਬਾਰ ਦੇ ਵਿੱਚ ਤੁਹਾਨੂੰ ਰਿਕਰੂਟਮੈਂਟ ਨੋਟੀਫਿਕੇਸ਼ਨ ਜਲਦੀ ਹੀ ਮਿਲ ਜਾਏਗਾ ਜੋ ਕਿ ਸ਼ਾਰਟ ਨੋਟੀਫਿਕੇਸ਼ਨ ਹੋਏਗਾ ਔਰਾਂ ਦੀ ਵੈਬਸਾਈਟ ਤੇ ਤੁਹਾਨੂੰ ਮੇਨ ਨੋਟੀਫਿਕੇਸ਼ਨ ਵੀ ਮਿਲਣ ਦੀ ਪੂਰੇ ਆਸਾਰ ਨੇ ਸੋ ਇਹ ਜਿਹੜੀਆਂ ਭਰਤੀਆਂ 2280 ਸਾਮੀਆਂ ਨੇ ਘਰ ਘਰ ਰੁਜ਼ਗਾਰ ਨੀਤੀ ਦੇ ਤਹਿਤ ਜਿਹੜੀਆਂ ਨੇ ਬੋਰਡ ਵੱਲੋਂ ਕੱਢੀਆਂ ਜਾਣਗੀਆਂ ਜੋ ਕਿ ਕੈਪਟਨ ਸਰਕਾਰ ਨੇ ਸਾਨੂੰ ਵਾਦਾ ਕੀਤਾ ਸੀ ਘਰ ਘਰ ਰੁਜ਼ਗਾਰ ਦੇ ਵਿੱਚ ਜਿਹੜਾ ਰੁਜ਼ਗਾਰ ਦੇਣਗੇ ਜੀ ਇਸ ਭਰਤੀ ਅਧੀਨ ਜੇਲ੍ਹ ਵਿਭਾਗ ਵਿੱਚ ਤੇ ਮੈਟਰਨ ਦੀਆਂ 847 ਅਸਾਮੀਆਂ ਲੀਗਲ ਕਲਰਕ ਦੀਆਂ 199 ਅਸਾਮੀਆਂ ਸਿੱਖਿਆ ਵਿਭਾਗ ਵਿੱਚ 807 ਲਾਇਬ੍ਰੇਰੀਅਨ ਦੀਆਂ ਅਸਾਮੀਆਂ ਉਦਯੋਗ ਤੇ ਕਾਮਰਸ ਵਿਭਾਗ ਵਿੱਚ ਉੱਚ ਉਦਯੋਗਿਕ ਉન્નਤੀ ਅਫਸਰਾਂ ਦੀ 56 ਅਸਾਮੀਆਂ ਤੇ ਬਲਾਕ ਪੱਧਰ ਅਫਸਰ ਦੀਆਂ 40 ਅਸਾਮੀਆਂ ਆਭਕਾਰੀ ਕਰਨ ਨਿਰੀਖਕ ਦੀ ਹੈ 55 ਅਸਾਮੀਆਂ ਪੰਜਾਬ ਵੇਅਰ ਹਾਊਸਿੰਗ ਵਿੱਚ ਤਕਨੀਕੀ ਸਹਾਇਕ ਦੀਆਂ 120 ਅਸਾਮੀਆਂ ਤੋਂ ਇਲਾਵਾ ਸਮਾਜਿਕ ਸੁਰੱਖਿਆ ਵਿਭਾਗ ਵਿੱਚ ਸੁਪਰਵਾਈਜ਼ਰਾਂ ਦੀ 112 ਅਸਾਮੀਆਂ ਤੇ ਮੱਛੀ ਪਾਲਣ ਅਫਸਰ ਦੀਆਂ 27 ਅਸਾਮੀਆਂ ਸਮੇਤ 2280 ਅਸਾਮੀਆਂ ਦੀ ਪਰਤੀ ਸੰਬੰਧੀ ਯੋਗ ਉਮੀਦਵਾਰਾਂ ਦੀ ਅਰਜੀ ਦੀ ਮੰਗ ਕੀਤੀ ਜਾਵੇਗੀ ਸੋ ਜਲਦੀ ਹੀ ਇਹ ਨੋਟੀਫਿਕੇਸ਼ਨ ਜਿਹੜਾ ਆਊਟ ਹੋਏਗਾ ਜੀ ਜੋ ਕਿ ਕੈਪਟਨ ਸਰਕਾਰ ਵੱਲੋਂ 2280 ਅਸਾਮੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਤੁਸੀਂ ਆਪਣੀ ਤਿਆਰੀ ਖਿੱਚ ਲਵੋ ਜਿਹੜੇ ਵੀ ਮੇਰੇ ਵੀਰ ਭਰਾ ਜਿਹੜੇ ਨੇ ਪੋਸਟਾਂ ਦੇ ਲਈ ਐਲੀਜੀਬਲ ਹੋਣਗੇ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਅਗਰ ਅਸੀਂ ਗੱਲ ਕਰਦੇ ਆ ਤਾਂ ਕਾਫੀ ਸਾਰੇ ਕੈਂਡੀਡੇਟ ਜਿਹੜੇ ਨੇ ਇਹਨਾਂ ਪੋਸਟਾਂ ਦੇ ਐਲੀਜੀਬਲ ਹੋਣ ਜਾ ਰਹੇ ਨੇ ਜੀ ਤੁਸੀਂ ਜਲਦੀ ਨਾਲ ਆਪਣੀ ਤਿਆਰੀ ਖਿੱਚ ਲਵੋ ਤੇ ਤਿਆਰ ਰਹੋ ਇੰਦਾ ਭਰਤੀ ਲਈ ਅਪਲਾਈ ਕਰਨ ਦੇ ਲਈ ਸੋ ਅਸੀਂ ਇੱਕ ਐਕਸਪੈਕਟ ਕਰਦੇ ਆ ਕਿ ਆਉਣ ਵਾਲੇ ਇਸ ਵੀਕ ਦੇ ਵਿੱਚ ਤੁਹਾਨੂੰ ਜਿਹੜੀ ਹੈ ਇਹ ਭਰਤੀਆਂ ਦੀ ਨੋਟੀਫਿਕੇਸ਼ਨ ਜਲਦੀ ਹੀ ਮਿਲਣਗੇ ਚੈੱਕ ਕਰਕੇ ਤੁਸੀਂ ਅਪਲਾਈ ਕਰ ਲਓ ਮੈਂ ਤੁਹਾਡੇ ਲਈ ਹਮੇਸ਼ਾ ਦੀ ਤਰ੍ਹਾਂ ਲੈ ਕੇ ਆਂਦਾ ਰਹਾਂਗਾ ਕੰਪਲੀਟ ਪ੍ਰੋਸੀਜਰ ਅਪਲਾਈ ਕਰਨ ਤੋਂ ਲੈ ਕੇ ਡਿਟੇਲਡ ਇਨਫੋਰਮੇਸ਼ਨ ਤੁਹਾਡੀਆਂ ਪੋਸਟਾਂ ਦੇ ਬਾਰੇ ਵਿੱਚ ਸੋ ਤੁਹਾਨੂੰ ਅਗਲੇ ਅਪਡੇਟ ਵੱਲ ਲੈ ਚੱਲਦੇ ਹਾਂ ਜੋ ਕਿ ਤੁਹਾਡੇ ਪੰਜਾਬ ਪੁਲਿਸ ਦੇ ਰਿਲੇਟਿਡ ਆਇਆ ਹੋਇਆ ਹੈ ਜੀ ਸੋ ਹੁਣ ਅਸੀਂ ਆ ਗਏ ਹਾਂ ਜੀ ਤੁਸੀਂ ਦੇਖ ਪਾ ਰਹੇ ਹੋ ਗਵਰਨਮੈਂਟ ਆਫ ਪੰਜਾਬ ਦੇ ਫੇਸਬੁਕ ਅਕਾਊਂਟ ਦੇ ਉੱਪਰ ਜੋ ਕਿ ਆਫੀਸ਼ੀਅਲ ਅਕਾਊਂਟ ਹੈ ਇਹਨਾਂ ਦਾ ਇਹਦੇ ਉੱਪਰ ਇਹਨਾਂ ਨੇ ਅਪਡੇਟ ਦਿੱਤਾ ਹੋਇਆ ਹੈ ਕਿ ਕੈਪਟਨ ਜੜੀਨੇ ਅਮਰਿੰਦਰ ਸਿੰਘ ਜੀ ਦੁਆਰਾ ਪੰਜਾਬ ਪੁਲਿਸ ਸਿਸ ਕਨਸਟੇਬਲ ਹੈੱਡ ਕਨਸਟੇਬਲ ਸਬ ਇੰਸਪੈਕਟਰ ਦੀ ਭਰਤੀ ਲਈ ਪ੍ਰਵਾਨਗੀ ਦਿੱਤੇ ਜਾਣ ਨਾਲ ਡਾਇਰੈਕਟਰ ਜਨਰਲ ਆਫ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਚਾਹਵਨ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਅਤੇ ਸਰੀਰਕ ਜਾਂਚ ਦੀ ਤਿਆਰੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਹੈ ਉਹਨਾਂ ਚਾਹਵਨ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਪੁਲ ਅਤੇ ਪਾਰਦਰਸ਼ੀ ਟੰਗ ਨਾਲ ਕੀਤੀ ਜਾਵੇਗੀ ਇਹ ਪਰਤੀ ਤੋਂ ਇਹਦੇ ਵਿੱਚ ਅਗਰ ਅਸੀਂ ਗੱਲ ਕਰੀਏ ਇਹਨਾਂ ਨੇ ਤਿੰਨ ਪਰਤੀਆਂ ਦੀ ਜਿਹੜੀ ਹੈ ਲਿਖਿਆ ਹੋਇਆ ਹੈ ਕਿ ਇਹਦੇ ਵਿੱਚ ਰਿਟਨ ਟੈਸਟ ਤੇ ਮੈਡੀਕਲ ਲਈ ਤਿਆਰ ਹੈ। ਅਗਰ ਤੁਸੀਂ ਪੜਿਆ ਹੋਵੇ ਕਾਂਸਟੇਬਲ, ਹੈੱਡ ਕਾਂਸਟੇਬਲ ਤੇ ਸਬ ਇੰਸਪੈਕਟਰ। ਦੈਟ ਮੀਨਸ ਕਿ ਇਹ ਤੁਹਾਡਾ 100% ਰਿਟਨ ਟੈਸਟ ਹੋਣ ਵਾਲਾ ਹੈ ਇਹਦੇ ਵਿੱਚ। ਸੋ ਕਾਫੀ ਕਮੈਂਟਸ ਆ ਰਹੇ ਸੀਗੇ ਕਿ ਕੀ ਕਾਂਸਟੇਬਲ ਲਈ ਜਿਹੜੀ ਰਿਟਨ ਟੈਸਟ ਹੋਏਗਾ। ਸੋ ਇਹਦਾ ਫਾਈਨਲੀ ਅਪਡੇਟ ਜਿਹੜਾ ਹੈ ਜੀ ਦਿਨਕਰ ਗੁਪਤਾ ਜੀ ਨੇ ਦੇ ਦਿੱਤਾ ਹੈ ਕਿ ਡੀਜੀਪੀ ਨੇ ਪੰਜਾਬ ਪੁਲਿਸ ਦੇ। ਸੋ ਉਹਨਾਂ ਨੇ ਇਹਨਾਂ ਵਿੱਚ ਲਿਖਿਆ ਹੋਇਆ ਹੈ ਕਿ ਸਰੀਰਕ ਜਾਂਚ ਤੇ ਲਿਖਤੀ ਪ੍ਰੀਖਿਆ ਲਈ ਜਿਹੜਾ ਹੈ ਜਿਹੜੇ ਉਮੀਦਵਾਰ ਨੇ ਉਹ ਤਿਆਰੀ ਕਰਨੀ ਸ਼ੁਰੂ ਕਰ ਦੇਣ। ਸੋ ਹੁਣ ਤੁਸੀਂ ਰਿਟਨ ਟੈਸਟ ਲਈ ਵੀ ਤਿਆਰ ਕੈਂਡੀਡੇਟਾਂ ਨੇ ਪਿਛਲੀ ਵਾਰੇ ਵੀ ਜਿਹੜਾ ਸੀਗਾ ਇੱਕ ਗਰੁੱਪ ਬਣਾ ਕੇ ਕਮੈਂਟ ਵੀ ਕੀਤੇ ਸੀਗੇ ਪਲੱਸ ਵੀਡੀਓ ਵੀ ਬਣਾਈਆਂ ਸੀਗੀਆਂ ਪਲੱਸ ਟਵਿੱਟਰ ਤੇ ਵੀ ਉਹਨਾਂ ਨੇ ਟ੍ਰੈਂਡ ਕਰਾਇਆ ਸੀਗਾ ਕਿ ਜਿਹੜੀ ਹੈ ਹਰ ਵਾਰੀ ਦੀ ਤਰ੍ਹਾਂ ਇਸ ਵਾਰੀ ਉਹਨਾਂ ਦਾ ਧੱਕਾ ਨਾ ਹੋਵੇ ਤੇ ਫਿਜ਼ੀਕਲ ਮੈਰੈਂਟ ਨੂੰ ਲੈ ਕੇ ਕੋਈ ਕਿਸੇ ਵੀ ਤਰ੍ਹਾਂ ਦੇ ਰਿਕਰੂਟਮੈਂਟ ਨੂੰ ਵਨ ਸਾਈਡਿਡ ਜਿਹੜਾ ਨਾ ਕੀਤਾ ਜਾਵੇ ਸੋ ਇਸ ਤੁਹਾਡੀ ਅਗਰ ਰਿਕਰੂਟਮੈਂਟ ਹੁੰਦੀ ਹੈ ਤੇ ਚ ਰਿਟਨ ਟੈਸਟ ਵੀ ਹੋਏਗਾ ਸੋ ਰਿਟਨ ਟੈਸਟ ਤੋਂ ਬਾਅਦ ਹੀ ਤੁਹਾਡਾ ਜਿਹੜਾ ਫਿਜ਼ੀਕਲ ਟੈਸਟ ਹੋਏਗਾ ਸੋ ਜਿਹੜੇ ਵੀ ਕੈਂਡੀਡੇਟ ਰਿਟਨ ਟੈਸਟ ਤੋਂ ਕੁਆਲੀਫਾਈ ਹੋਣਗੇ ਉਹਨਾਂ ਨੂੰ ਤੱਕਾ ਨਹੀਂ ਹੋਏਗਾ ਕਿਸੇ ਨਾਲ ਸੋ ਆਪਣੀ ਤਿਆਰੀ ਜਿਹੜੀ ਆ ਤੁਸੀਂ ਉਹ ਪੱਕੀ ਕਰ ਲਵੋ ਜੀ ਸੋ ਤਿਆਰੀ ਤੁਸੀਂ ਆਪਣੀ ਖਿੱਚ ਲਓ ਬਈ ਜੀ ਜਲਦ ਹੀ ਤੁਹਾਨੂੰ ਇਹਦਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਮਿਲ ਜਾਵੇਗਾ ਤੇ ਅਸੀਂ ਕੋਈ ਵੀ ਅਪਡੇਟ ਤੁਹਾਡੇ ਲਈ ਆਵੇਗਾ ਚਾਹੇ ਗਵਰਨਮੈਂਟ ਵੱਲੋਂ ਛੋਟੇ ਤੋਂ ਛੋਟਾ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ ਤਾਂ ਕਿ ਤੁਹਾਨੂੰ ਵੀ ਭਰੋਸਾ ਰਹੇ ਕਿ ਭਰਤੀਆਂ ਜਿਹੜੀਆਂ ਨੇ ਜਲਦ ਹੀ ਆਉਣ ਵਾਲੀਆਂ ਨੇ ਸੋ ਅਗਰ ਪਹਿਲਾ ਕੈਪਟਨ ਮਰਿੰਦਰ ਜੀ ਨੇ ਔਰ ਹੁਣ ਜਿਹੜੇ ਨੇ ਡੀਜੀਪੀ ਦਿਨਕਾ ਗੁਪਤਾ ਜੀ ਨੇ ਜੇ ਅਗਰ ਫੇਸਬੁੱਕ ਤੇ ਜਾਂ ਟਵਿੱਟਰ ਤੇ ਇਹ ਚੀਜ਼ ਬੋਲੀ ਹੈ 댓 ਮੀਨਸ ਪਰਤियां ਜਿਹੜੀਆਂ ਨੇ ਔਨ ਦਾ ਵੇ ਨੇ ਜਲਦੀ ਹੀ ਆ ਜਾਣਗੀਆਂ ਸੋ ਭਰੋਸਾ ਰੱਖਣਾ ਜੀ ਮੈਂ ਤੁਹਾਡੇ ਲਈ ਅਪਡੇਟ ਲੈ ਕੇ ਆਂਦਾ ਰਵਾਂਗਾ ਨਵੀਂ ਨਵੀਂ ਵੀਡੀਓਜ਼ ਦੇ ਵਿੱਚ ਇਸ ਵੀਡੀਓ ਨੂੰ ਪਿਆਰ ਦਿੰਦੇ ਰਹੋ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੈਂ ਤੁਹਾਡੇ ਲਈ ਹਰ ਤਰ੍ਹਾਂ ਦੀ ਤਰ੍ਹਾਂ ਅਪਡੇਟ ਲੈ ਕੇ ਆਂਦਾ ਰਵਾਂ ਹੁਣ ਮੈਂ ਤੁਹਾਨੂੰ ਮਿਲੂੰਗਾ ਜੀ ਨਵੀਂ ਵੀਡੀਓ ਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ